ਭਾਈ ਕੀ ਨਾਮ ਆਪਣਾ? ਮੇਰਾ ਨਾਮ ਭਾਈ ਦਮਨਦੀਪ ਸਿੰਘ ਆ ਜੀ। ਬਿਲ ਪਾਸ ਹੋਣ ਉਹਨਾਂ ਦੇ ਵੀ ਉਹਨਾਂ ਦੇ ਵਿੱਚ ਗਰੀਬਾਂ ਦਾ ਸੋਚਿਆ ਜਾਵੇ ਕਿ ਆਪਾਂ ਨਾ ਬੋਲਦਾ ਧੱਕਾ ਕਰੀਏ। ਠੰਡ ਇੰਨੀ ਪੈ ਰਹੀ ਹੈ ਇੱਥੋਂ, ਵੇਖੋ ਤੁਸੀਂ ਆਪ ਕਿਸ ਤਰ੍ਹਾਂ ਬਚਾਅ ਕਰ ਰਹੇ ਹੋ? ਸਰ ਚਾਹ ਪੀਂਦੇ ਆ, ਆਪਣੇ ਆਪ ਕਵਰ ਕਰਕੇ ਰੱਖਿਆ, ਜੈਕਟਾਂ ਜੁਕਟਾਂ ਪਾਈਆਂ ਆ, ਆਪਣੇ ਆਪ ਨੂੰ ਪੂਰਾ ਕਵਰ 'ਚ ਰੱਖਿਆ ਆਪਾਂ। ਕਾਰੋਬਾਰ ਦਾ ਕੀ ਮਾਹੌਲ ਹੈ ਸਰ ਠੰਡ ਦੇ? ਕਾਰੋਬਾਰ ਦਾ ਭਾਜੀ ਇਸ ਟਾਈਮ ਬਹੁਤ ਜ਼ਿਆਦਾ ਮਾਹੌਲ ਖਰਾਬ ਹੋਇਆ, ਉਸ ਤੋਂ ਬਾਅਦ ਠੰਡ ਵੀ ਬੜੀ ਆ ਅਤੇ ਕਾਰੋਬਾਰ ਠੱਪ ਹੋਏ ਪਏ ਸਾਰੇ, ਗਾਹ ਗੂਹਕ ਹੈ ਨਹੀਂ ਇੰਨੇ। ਅੱਗੇ ਕੁਰਸੀਆਂ ਟੇਬਲ ਭਰੀਆਂ ਹੁੰਦੀਆਂ, ਕੁਰਸੀਆਂ ਟੇਬਲ ਸਾਰੀਆਂ ਖਾਲੀਆਂ ਹੀ ਪਏ, ਵੇਖ ਕਹਿੰਦੇ ਆਪਾਂ ਜਿੱਥੇ ਬੈਠੇ ਸਾਰੇ। ਕੁਲਵਿੰਦਰ ਸਿੰਘ ਜੀ, ਅੱਜ ਵੀ ਠੰਡ ਪੈ ਰਹੀ, ਧੁੰਦ ਪੈ ਰਹੀ, ਕੀ ਕਹਿਣਾ ਚਾਹੁੰਦੇ ਹੋ ਭਾਈ? ਬਹੁਤ ਧੁੰਦ ਪੈ ਰਹੀ ਅੱਜ ਤਾਂ, ਸਵੇਰ ਤੋਂ ਲੈ ਕੇ ਹੁੰਦਾ ਧੁੰਦ, ਇਸ ਟਾਈਮ ਬਹੁਤ ਡਿੱਗੀ ਧੁੰਦ ਜੀ, ਸਵੇਰੇ ਬਹੁਤ ਧੁੰਦ ਪਈ ਸੀ, ਹੁਣ ਤਾਂ ਦੁਬਾਰਾ ਫਿਰ ਡਿੱਗੀ, ਧੁੱਪ ਨਹੀਂ ਚੜ੍ਹੀ ਤੀ ਵੀ, ਠੰਡ ਬਹੁਤ ਪੈ ਰਹੀ ਹੈ, ਠੰਡ ਕਰਕੇ ਗਾਹਕ ਸਾਡੇ ਕੋਲ ਚਾਹ ਦਾ ਕੰਮ ਹੈ ਸਾਡਾ, ਠੀਕ ਹੈ, ਚਾਹ ਪੀਣ ਲੋਕ ਆ ਰਹੇ ਨੇ, ਪਰ ਠੰਡ ਬਹੁਤ ਆ, ਪਰ ਘਰੋਂ ਲੋਕ ਬਾਹਰ ਘੱਟ ਨਿਕਲ ਰਹੇ। ਕਾਰੋਬਾਰ ਥੋੜ੍ਹਾ ਵਧਿਆ ਭਾਜੀ ਚਾਹ ਦਾ, ਐਵੇਂ ਕਿ ਚਾਹ ਕਰਕੇ ਸਾਡੀ ਚਾਹ ਜ਼ਿਆਦਾ ਵਿਕਦੀ ਹੈ, ਦੁੱਧ ਵੀ ਨਿਕਲ ਰਿਹਾ, ਚਾਹ ਪਾਣੀ ਨਿਕਲ ਰਿਹਾ ਜੀ, ਗਾਹਕ ਆ ਰਹੇ ਨੇ, ਪਰ ਠੰਡ ਬਹੁਤ ਹੋ ਗਈ, ਧੁੰਦ ਬਹੁਤ ਪੈ ਗਈ ਇਸ ਟਾਈਮ। ਦਿੱਲੀ ਕਿਸਾਨ ਬੈਠੇ ਕਿਹੜੇ? ਦਿੱਲੀ ਕਿਸਾਨ ਬੈਠੇ ਜੀ, ਵੇਖੋ ਇੰਨੀ ਠੰਡ ਦੇ ਵਿੱਚ ਬੈਠੇ ਆ, ਉਹਨਾਂ ਦਾ ਹੱਲ ਕੋਈ ਨਾ ਕੋਈ ਹੋਣਾ ਚਾਹੀਦਾ, ਘਰੋਂ ਆਪਣੇ ਘਰ ਆਉਣ, ਬਹੁਤ ਮਾੜਾ ਹਾਲ ਉਹਨਾਂ ਦਾ ਇਸ ਟਾਈਮ, ਠੰਡ ਬਹੁਤ ਹੈਗੀ ਆ ਭਾਜੀ, ਕੋਈ ਪ੍ਰੋਬਲਮ ਨਾ ਆ ਜਾਵੇ, ਕੋਈ ਬੰਦਾ ਬਿਮਾਰ ਨਾ ਹੋ ਜਾਵੇ, ਭਾਵੇਂ ਹੋਰ ਹਾਲਾਤ ਮਾੜੇ ਨਾ ਹੋ ਜਾਣ, ਇਸ ਤਰ੍ਹਾਂ ਕਹਿੰਦੇ ਸਰਕਾਰ ਨੂੰ, ਕਹਿੰਦੇ ਜੋ ਹੱਲ ਹੈਗਾ ਪਿਆਰ ਨਾਲ ਜਿੱਦਾਂ ਵੀ ਹੱਲ ਕਰਕੇ ਖਤਮ ਕਰ ਦੇਣਾ ਚਾਹੀਦਾ। ਜਸਪ੍ਰੀਤ ਅੰਮ੍ਰਿਤਸਰ ਤੋਂ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਇੱਥੇ ਇੰਨਾ ਮਜ਼ਾ ਆ ਰਿਹਾ ਹੈਗਾ, ਇੰਨੀ ਧੁੰਦ, ਇੰਨੀ ਠੰਡ ਪੈ ਰਹੀ ਹੈ, ਤੁਸੀਂ ਲੋਕ ਬਾਹਰ ਘੁੰਮਣ ਜਾ ਰਹੇ ਹੋ, ਅਸਲੀ ਮਜ਼ਾ ਤਾਂ ਦੇਖੋ ਆਪਣੇ ਸ਼ਹਿਰ 'ਚ, ਇੰਨੀ ਠੰਡ ਦਾ ਆ ਰਿਹਾ ਹੈਗਾ। ਮੈਂ ਸਵੇਰ ਦੀ 4 ਵਾਰ ਚਾਹ ਪੀ, ਪਰ ਦਿਲ ਕਰਦਾ ਪੀ ਜਾਓ, ਠੰਡ ਦਾ ਨਜ਼ਾਰਾ ਲਈ ਜਾਓ, ਬਹੁਤ ਵਧੀਆ ਲੱਗ ਰਿਹਾ ਜੀ। ਤੁਹਾਨੂੰ ਸਾਰਿਆਂ ਨੂੰ ਘਰ ਦੇ ਅੰਦਰ ਰਹਿ ਕੇ ਆਪਣੇ ਸ਼ਹਿਰ 'ਚ ਹੀ ਠੰਡ ਦਾ ਮਜ਼ਾ ਲੈਣਾ ਚਾਹੀਦਾ। ਅਸੀਂ ਜੀ ਸਵੇਰੇ ਰਜਾਈ ਛੱਡਣ ਨੂੰ ਪਹਿਲੀ ਗੱਲ ਤਾਂ ਦਿਲ ਨਹੀਂ ਕਰਦਾ ਜੀ, ਫਿਰ ਛੱਡਦੇ ਹਾਂ, ਪਹਿਲੇ ਤਾਂ ਜੀ ਚਾਹ ਦਾ ਕੱਪ ਬਣਾਉਂਦੇ ਹਾਂ, ਫਿਰ ਜੀ ਸਾਰਾ ਦਿਨ ਠੰਡ 'ਚ ਕਦੀ ਰਾਤ ਨੂੰ ਅੱਗ ਬਾਲ ਕੇ ਬਹਿ ਜਾਂਦੇ ਹਾਂ, ਕਦੀ ਸਾਗ ਧਰ ਲਿਆ ਜੀ, ਕਦੀ ਦਾਲ ਬਣਾ ਲਈ ਚੁੱਲ੍ਹੇ 'ਤੇ, ਅਤੇ ਸ਼ਾਮ ਨੂੰ ਬੱਚਿਆਂ ਨੂੰ ਲੈ ਕੇ ਥੋੜ੍ਹਾ ਜਿਹਾ ਧੁੱਪੇ ਦੁਪਹਿਰੇ ਪਾਰਕ 'ਚ ਇੰਜੋਏ ਕਰ ਲਿਆ ਜੀ, ਸ਼ਾਮ ਨੂੰ ਅਸੀਂ ਠੰਡ 'ਚ ਬਸ ਫਿਰ ਰਜਾਈਆਂ 'ਚ ਵੜ ਜਾਂਦੇ ਹਾਂ, ਪੂਰਾ ਪੂਰਾ ਠੰਡ ਦਾ ਨਜ਼ਾਰਾ ਆ ਰਿਹਾ ਜੀ, ਬਹੁਤ ਨਜ਼ਾਰਾ ਆ ਰਿਹਾ। ਮੈਂ ਤਾਂ ਸਭ ਨੂੰ ਇਹ ਕਹਿਣਾ ਚਾਹੁੰਦੀ ਹਾਂ ਜੀ, ਤੁਸੀਂ ਡਲਹੌਜ਼ੀ ਨਾ ਭੁੱਲੋ, ਤੁਸੀਂ ਆਪਣੇ ਸ਼ਹਿਰ 'ਚ ਵਧੀਆ ਤਰੀਕੇ ਨਾਲ ਠੰਡ ਨੂੰ ਚਾਹ ਪੀ ਕੇ ਇੰਜੋਏ। ਥੈਂਕ ਯੂ।